सतगुरु किया क्या सत सत कर मांगी बोलो भाई हर कीरत हर भवजन तीरत हर दर दिन की उत्तम बात है संतो हर कथा जिन जनो जानी आपे गुरजे ला है आपे आपे हर पल चोज लगानी जन नाम आप मिलाए सोई हर निरसी और सब त्याग ओ हा हर पानी तन सेवक सफल हो आया जिन नानक कसम बचा जिन नानक कसम बचा सारे ही दुख दे समय शामिल होए हाँ जो के सरदार सुरेंद्र सिंह जी एडवोकेट उन्हां दी तम सुपत्नी बीबी बलविंदर कौर जी जो के बड़े ही रब्बी रूह सन सरदार सुरेंद्र सिंह जी दसदे सन के बड़ी पिछली आत्मा उस परमात्मा नाल मिली हुई रूह सी जो कि गुरबाणी दे नाल जुड़ी सेवा स्मरना सतगुरु दी अपार बख्शिश सी। सतगुरु जी दा हुक्म है जो आया सो चल सी सब कोई आई बारी है। शरीरक तौर ते वो अपने विच नहीं हन जीवत पेखे जिन्हें हर हर त्याया जिन्हां ने इस शरीर दे जिउंदियां जी परमात्मा दा नाम जपिया वो सदा ही हिरदियां दे विच अमर हो जांदे हन ते उन्हां तों सानूं समाज दे विच सेध भी मिलदी है रस्ता भी मिलदा है। ऐसियां मावां दी अज लोड़ है मावां भैणां बीबियां नूं इह सोच अपनाउण दी लोड़ है कि अपने बच्चियां नूं पहलां आप गुरबाणी नाल जुड़ीए ते बच्चियां नूं गुरबाणी दे नाल जोड़ीए सेवा सिमरन नाल जोड़ीए जो समाज दे विच अज बुराइयां चल रही हैं नशे चल रहे हैं उन्हां तों बचाउण दी अज लोड़ है क्योंकि माता दी जो देण है बचपन तों ही बच्चियां नूं जो शिक्षा मातावां दिंदियां हन ओह रहिंदी जिंदगी तक भुल नहीं सकदी। सो आओ बड़ा ही अफसोस है सतगुरु पातशाह कृपा करन उस विछड़ी आत्मा नूं अपने चरणां कमलां विखे निवास बख्शिश करन परिवार नूं संबंधियां नूं भाणा मन्नण दा बल बख्शन ਇਹ ਜੋ ਮਨੁੱਖਾ ਜੀਵਨ ਸਾਨੂੰ ਸਾਰਿਆਂ ਨੂੰ ਮਿਲਿਆ ਹੈ ਸਰੀਰ ਕਰਕੇ ਆਪਾਂ ਇਸ ਨੂੰ ਗੁਰਬਾਣੀ ਨਾਲ ਜੁੜ ਕੇ ਅੰਮ੍ਰਿਤਧਾਰੀ ਹੋਈਏ ਤੇ ਸਾਡੇ ਅੰਮ੍ਰਿਤਧਾਰੀ ਹੋਣ ਦੇ ਨਾਲ ਸਾਡਾ ਅੱਗੇ ਫਰਜ਼ ਵੀ ਬਣਦਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਲੀ ਕੌਮ ਸਾਨੂੰ ਬਣਾਇਆ ਹੈ ਅਸੀਂ ਸਮਾਜ ਦੇ ਵਿੱਚ ਵੀ ਉਹ ਉਪਦੇਸ਼ ਦੇਈਏ ਆਪ ਵੀ ਨਸ਼ਿਆਂ ਤੋਂ ਬਚੀਏ
ਤੇ ਦੂਜਿਆਂ ਨੂੰ ਵੀ ਜਿੱਥੇ ਤੱਕ ਸਾਡਾ ਸੰਬੰਧ ਹੈ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਮਾਜ ਦੇ ਵਿੱਚ ਸਾਡਾ ਜੀਉਣਾ ਜਿਹੜਾ ਉਹ ਵਧੀਆ ਤਰੀਕੇ ਨਾਲ ਹੋ ਸਕੇ ਤੇ ਅਸੀਂ ਇਸ ਸੰਸਾਰ ਦੇ ਵਿੱਚ ਸੁੱਖ ਹੰਡਾਈਏ। ਇਹ ਹਾਂ ਖਾੜ ਚਲੋ ਹਰ ਲਾਹਾ ਆਪਦਾ ਬਸੰਤ ਸੁਹੇਲਾ ਵਾਲੀ ਅਵਸਥਾ ਸਤਿਗੁਰ ਪਾਤਸ਼ਾਹ ਬਣਾ ਦੇਣਗੇ। ਸੋ ਆਓ ਸਤਿਗੁਰ ਜੀ ਦੀ ਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰਾਂ ਦੀਆਂ ਆਪਣਾ ਗਲਤੀਆਂ ਹੋਣਗੀਆਂ। ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਅੱਗੋਂ ਵਾਸਤੇ ਸੀਸ ਬਖਸ਼ਿਸ਼ ਕਰਨੀ ਸਤਿਗੁਰ ਪਾਤਸ਼ਾਹ ਰਹਿਣ ਤੱਕ ਕਰਨ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਵਿਖੇ ਸਰੀਵੀ ਕਾਲ ਲਈ ਨਿਵਾਸ ਬਖਸ਼ਿਸ਼ ਕਰਨ, ਪਰਿਵਾਰ ਨੂੰ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਉਪਰੰਤ ਗੁਰ ਚਰਨਾਂ ਵਿੱਚ ਅਰਦਾਸ। ਰਾਮ ਕਰੀ ਮਹਲਾ ਤੀਜਾ ਆਨੰਦ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮਿਲਾਇ ਸਤਿਗੁਰੂ ਮੈਂ ਪਾਇਆ। ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਇਤ ਦੇ ਵਿੱਚ
ਜੋਬਤ ਸਿੱਖ ਸੰਗਤ ਜੀਓ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫੋਰਟ ਆਸਰਾ ਦੇ ਵਿੱਚ ਇਕੱਤਰ ਹੋਏ ਹਾਂ। ਮੇਰੇ ਬਹੁਤ ਕਰੀਬੀ ਐਡਵੋਕੇਟ ਸੁਰਿੰਦਰ ਸਿੰਘ ਉਹਨਾਂ ਦੇ ਸ਼ਰੀਕੇ ਆ ਬੀਤੇ ਦਿਨ ਇਸ ਦੁਨੀਆ ਤੋਂ ਰੁਖਸਤ ਹੋਏ ਨੇ। ਸਾਡੀ ਭੈਣ ਰਾਣੀ ਬਲਵਿੰਦਰ ਕੌਰ ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਭਾਈ ਸਾਹਿਬ ਨੇ ਬਹੁਤ ਹੀ ਰਸਭਿੰਨੀ ਕਰੁਣਾਮਈ ਆਵਾਜ਼ ਦੇ ਵਿੱਚ ਵਾਕ ਲਿਆ। ਇਸ ਤੋਂ ਪਹਿਲਾਂ ਰਾਗੀ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਓਟ ਦੇ ਵਿੱਚ ਸਾਨੂੰ ਦੁਨਿਆਵੀ ਸੱਚ ਸਮਝਾਇਆ। ਜੋ ਪੰਜਾਬ ਦੀ ਧਰਤੀ ਹੈ, ਜਿੰਨੇ ਇੱਥੋਂ ਤੱਕ ਹੁਣ ਤੱਕ ਸਿਕੰਦਰ ਆਜ਼ਮ ਤੋਂ ਲੈ ਕੇ ਹੁਣ ਤੱਕ ਜਿਹੜਾ 3-4 ਹਜ਼ਾਰ ਸਾਲ ਦਾ ਇਤਿਹਾਸ ਮਿਲਦਾ ਹੈ, ਦੁਨੀਆ ਦੇ ਇਸ ਖਿੱਤੇ ਦੇ ਵਿੱਚ ਜਿੰਨੀਆਂ ਵੀ ਤ੍ਰਾਸਦੀਆਂ ਆਈਆਂ, ਇੱਕ ਤਾਂ ਕੁਦਰਤੀ ਬਖਸ਼ਿਸ਼ ਇਸ ਖਿੱਤੇ ਦੇ ਵਿੱਚ ਰਹੀ ਹੈ। ਸ਼ਾਇਦ ਇਹ ਜਨਮ ਹੋਈ ਜਿਹੀ ਹੈ ਵੇਦਾਂ ਕਿਤਾਬਾਂ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਹੈ। 6 ਸਦੀਆਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਸ ਅਗੰਮੀ ਰੋਸ਼ਨੀ ਦੇ ਰੂਪ ਦੇ ਵਿੱਚ ਜੋ ਦੁਨੀਆ ਦੇ ਵਿੱਚ ਪਹਿਲੀ ਵਾਰੀ ਹੈ ਕਿ ਕਿਸੇ ਕੌਮ ਦਾ ਗੁਰੂ ਸ਼ਬਦ ਹੈ, ਸ਼ਾਇਦ ਇਸੇ ਕਰਕੇ ਹੀ ਅਸੀਂ ਇਹਨਾਂ ਤ੍ਰਾਸਦੀਆਂ ਨੂੰ ਝੱਲ ਸਕਦੇ ਹਾਂ। ਜਿਸ ਤਰ੍ਹਾਂ ਜ਼ਿੰਦਗੀ ਜਿਉਣ ਦੇ ਲਈ ਇੱਕ ਫਲਸਫੇ ਦੀ, ਇੱਕ ਰੋਸ਼ਨੀ ਦੀ, ਇੱਕ ਵਿਚਾਰ ਦੀ ਜ਼ਰੂਰਤ ਹੁੰਦੀ ਹੈ, ਦੁਨੀਆ ਦਾ ਕੋਈ ਵੀ ਸਬਜੈਕਟ ਜਾਂ ਦੁੱਖ ਦਰਦ ਅਜਿਹਾ ਨਹੀਂ ਜਿਸ ਸਬਜੈਕਟ ਦੀ ਰੋਸ਼ਨੀ ਸਿਹਤ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾ ਮਿਲਦੀ ਹੋਵੇ, ਬਸ਼ਰਤੇ ਅਸੀਂ ਪੜ ਗੱਡੀ ਲੱਦੀ ਅਤੇ ਧਾਰਨੀ ਨਾ ਹੋਈ। ਦੁੱਖ ਅਤੇ ਸੁੱਖ ਜ਼ਿੰਦਗੀ ਦੇ ਹਿੱਸੇ ਨੇ। ਦੁੱਖ ਅਤੇ ਸੁੱਖ ਇੱਕ ਕੱਪੜਿਆਂ ਦੀ ਤਰ੍ਹਾਂ ਨੇ, ਜਿਵੇਂ ਵਾਕ ਵੀ ਹੈ, ਦੁੱਖ ਸੁੱਖ ਸੁੱਖ ਦੁੱਖ ਦੋਵੇਂ ਦਾ ਕੱਪੜੇ ਪਹਿਰ ਜਾਏ ਮਨੁੱਖ। ਇਸ ਤਰ੍ਹਾਂ ਇਹ ਜ਼ਿੰਦਗੀ ਦਾ ਸੱਚ ਸਾਨੂੰ ਸਮਝਾਉਂਦੇ ਨੇ। ਸਾਡੇ ਸੱਭਿਆਚਾਰ ਦੇ ਵਿੱਚ ਮੀਰ ਆਲਮ ਹਸਾਉਂਦੇ ਹੁੰਦੇ ਸੀ ਅਤੇ ਉਹਨਾਂ ਦੀਆਂ ਸ਼ਰੀਕੇ ਆ ਮਰਾਸਣਾਂ ਸੀ ਜਿਹੜੀਆਂ ਉਹ ਹਸਾਉਣ ਦਾ ਰਵਾਉਣ ਦਾ ਕੰਮ ਕਰਦੀਆਂ ਸੀ, ਮੀਰ ਆਲਮ ਹਸਾਉਣ ਦਾ ਕੰਮ ਕਰਦੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਅਲੂਣੀਆਂ ਦਾ ਪਾਠ ਵੀ ਸਰਵਣ ਕੀਤਾ। ਇਹ ਲਾਉਣੀਆਂ ਬੈਣ ਕਿੱਟਣੇ ਸਿਆਪੇ ਕੀਰ ਨੇ, ਇਹ ਸੱਭਿਆਚਾਰ ਦਾ ਹਿੱਸਾ ਰਹੇ ਨੇ। ਭਾਵੇਂ ਕਿ ਸਾਨੂੰ ਕੀਰਤਨ ਕਰਿਓ ਦਰਬਾਨ ਜੀ ਉਹਦਾ ਸੰਦੇਸ਼ ਹੈ, ਪਰ ਰੋਣਾ ਵੀ ਇੱਕ ਤਰੀਕੇ ਨਾਲ ਇੱਕ ਕੈਥੀ ਹੈ ਜਿਹੜੀ ਸਾਨੂੰ ਰਾਹਤ ਦਿੰਦੀ ਹੈ। ਦੁੱਖ ਤੋਂ ਬਾਅਦ ਜਦੋਂ ਅਸੀਂ ਮਨ ਦੀ ਅੱਖ ਰੋਂਦੇ ਹਾਂ, ਕਿਤੇ ਨਾ ਕਿਤੇ ਸਾਨੂੰ ਉਹ ਵੀ ਰਾਹਤ ਦਿੰਦਾ। ਸੋ ਇਹ ਜਿਹੜਾ ਅਲਾਉਣੀਆਂ ਪਾਈਆਂ ਜਾਂਦੀਆਂ ਸੀ, ਕਿੱਟਣੇ ਬਹਿਣ ਸਿਆਪੇ ਕੀਰ ਨੇ ਪਾਏ ਜਾਂਦੇ ਸੀ, ਜੋ ਮਰਾਸਣ ਲੀਡ ਕਰਦੀ ਸੀ ਸਾਰੇ ਇਕੱਠ ਨੂੰ, ਉਸੇ ਲਾਉਣੀਆਂ ਦੀ ਤਰਜ਼ 'ਤੇ ਜਿਹੜਾ ਬਰਾਗਮੀ ਕੀਰਤਨ ਅਸੀਂ ਸੁਣਦੇ ਹਾਂ, ਸਾਡੇ ਮਨ ਨੂੰ ਸਕੂਨ ਦਿੰਦਾ। ਹਮ ਆਦਮੀ ਹੈ ਇੱਕ ਤਮੀ ਮੌਲਤ ਮੌਤ ਨਾ ਜਾ, ਇਸ ਮੌਤ ਸੇ ਕਿਸ ਕੋ ਰੁਸਤਗਾਰੀ ਹੈ, ਆਜ ਵੋ ਕੱਲ ਹਮਾਰੀ ਵਾਰੀ। ਸੱਭਿਆਚਾਰ ਦੇ ਵਿੱਚ ਮੀਆਂ ਵਾਰਿਸ਼ਾ ਲਿਖਦਾ, ਵਾਰਿਸ਼ਾ ਵਸਾ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ 'ਤੇ, ਪਤਾਸੇ ਖਾਣ ਵਾਲੇ ਨਹੀਂ। ਪਾਣੀ ਦੇ ਵਿੱਚ ਜਿਹੜਾ ਬੁਲਬੁਲਾ ਬਣਦਾ ਉਸਨੂੰ ਪਤਾਸਾ ਕਿਹਾ ਜਾਂਦਾ, ਉਸ ਪਤਾਸੇ 'ਤੇ ਜਿਹੜਾ ਪਲ ਛਿਣ ਦੇ ਲਈ ਇੱਕ ਬਿੰਬ ਜਾਂ ਇੱਕ ਸਿੰਬਲ ਬਣਦਾ, ਸਾਡੀ ਉਹਨੇ ਇੱਕ ਔਹਦ ਹੈ। ਪਰ ਫਿਰ ਵੀ ਜੇ ਅਸੀਂ ਸ਼ਬਦ ਨਾਲ ਜੁੜਦੇ ਹਾਂ, ਸਿੱਖਿਆ ਨਾਲ ਜੁੜਦੇ ਹਾਂ, ਅਸੀਂ ਦੁਨੀਆ ਦੀ ਹਰ ਤ੍ਰਾਸਦੀ ਅਤੇ ਹਰ ਦੁੱਖ ਨੂੰ ਝੱਲਣ ਦਾ ਸਾਡੇ 'ਚ ਜਿਗਰ ਹੈ। ਮੋਇਆਂ ਨੂੰ ਮੋੜਿਆ ਨਹੀਂ ਜਾ ਸਕਦਾ, ਭੁਲਾਇਆ ਨਹੀਂ ਜਾ ਸਕਦਾ, ਪਰ ਜ਼ਿੰਦਗੀ ਵੀ ਨਹੀਂ ਛੱਡੀ ਜਾ ਸਕਦੀ। ਬੜੀ ਔਖੀ ਘੜੀ ਹੈ, ਪਰ ਜਿਸ ਔਖੀ ਘੜੀ ਦੇ ਵਿੱਚ ਪਿਛਲੇ 1.5-2 ਸਾਲ ਤੋਂ ਤੁਸੀਂ ਭਾਈ ਜੀ ਸੁਰਿੰਦਰ ਸਿੰਘ ਹੋਰਾਂ ਦਾ ਸਾਥ ਦਿੱਤਾ, ਸੰਸਾਰ ਭਰ ਦੇ ਵਿੱਚੋਂ ਕਿੱਥੋਂ ਕਿੱਥੋਂ ਆਏ ਸੱਜਣ, ਜਿਹੜੇ ਵੀ ਪੰਜਾਬ ਸੀ ਆਏ ਨੇ, ਬਾਈ ਪਰਮਜੀਤ ਸਿੰਘ ਭੋਗਲਾਂ ਵਾਲੇ ਯੂਐਸ ਤੋਂ ਆਏ ਨੇ, ਅਤੇ ਸੁਦਾਗਰ ਸਿੰਘ ਟਵਾਣਾ ਸਾਹਿਬ ਯੂਐਸ ਤੋਂ ਆਏ ਨੇ, ਭਾਈ ਜੀ ਕਮਲਜੀਤ ਚੌੜਾ ਇਟਲੀ ਤੋਂ, ਜਿੱਥੋਂ ਵੀ ਦਰਜਾ ਬਦਰਜਾ ਆਏ ਨੇ, ਤੁਹਾਡਾ ਧੰਨਵਾਦ। ਇਸ ਦੁੱਖ ਦੀ ਘੜੀ ਦੇ ਵਿੱਚ ਸੋਸ਼ਲ ਸਾਈਟਸ 'ਤੇ ਜਿਸ ਤਰ੍ਹਾਂ ਤੁਸੀਂ ਸਪੋਰਟ ਕੀਤਾ, ਕਿਉਂਕਿ ਦੁੱਖ ਵਡਾਇਆ ਘੱਟਦੇ ਨੇ, ਇੱਕ ਰਾਹਤ ਮਿਲਦੀ ਹੈ। ਅਸਲ ਦੁੱਖ ਜਦੋਂ ਸਾਰੇ ਘਰਾਂ ਨੂੰ ਚਲੇ ਜਾਂਦੇ ਨੇ ਉਦੋਂ ਸ਼ੁਰੂ ਹੁੰਦਾ, ਜਦੋਂ ਘਰ ਦੀਆਂ ਕੰਧਾਂ ਵੀ ਖਾਣ ਨੂੰ ਆਉਂਦੀਆਂ ਹਨ। ਜੇ ਸਾਡੀ ਉਦੋਂ ਵੀ ਸਾਂਝ ਬਣੀ ਰਹੇ, ਅਸੀਂ ਹਰ ਦੁੱਖ ਨੂੰ ਭੁੱਲ ਸਕਦੇ ਹਾਂ। ਇਹ ਸਾਡੇ ਸੱਭਿਆਚਾਰ ਦੀ ਇੱਕ ਉਹ ਵਡਮੋਲੀ ਸਾਨੂੰ ਦੇਣਾ ਹੈ, ਜਿਹੜੀ ਸਾਨੂੰ ਦੁੱਖ ਦੇ ਵਿੱਚ ਇਕੱਠਿਆਂ ਕਰਦੀ ਹੈ। ਜਿਸ ਤਰ੍ਹਾਂ ਬੱਚੇ ਨੇ ਸਾਡੇ ਭਤੀਜ ਸ਼ਾਹਬਾਜ਼ ਸਿੰਘ ਵਕੀਲ ਬਣ ਗਿਆ, ਸਹਿਜਵੀਰ ਵਕਾਲਤ ਕਰ ਰਿਹਾ ਉਸੇ ਪੰਜਾਬੀ ਯੂਨੀਵਰਸਿਟੀ ਜਿਸ 'ਚ ਭਾਈ ਜੀ ਸੁਰਿੰਦਰ ਸਿੰਘ, ਅਸੀਂ ਗੁਰਪ੍ਰੀਤ ਰਾਜੂ ਖੰਨਾ ਜੀ ਆਏ ਨੇ, ਉਹ ਲੋਕ ਸਾਰੇ ਪੜ੍ਹੇ ਹਾਂ। ਇਸ ਯੂਨੀਵਰਸਿਟੀ ਨੇ ਬਹੁਤ ਕੁਛ ਦਿੱਤਾ, ਕੋਈ ਕਿਸੇ ਸ਼ੋਭੇ 'ਤੇ ਆ ਗਰੇ ਗੁਰਨਾਥ ਭਾਈ, ਅਸੀਂ ਤਾਂ ਜੀਲੂ ਕਹਿੰਦੇ ਹੁੰਦੇ ਸੀ ਨਿਕ ਨੇ, ਅੱਜ ਵੀ ਉਹਨਾਂ ਚੇਤਿਆਂ 'ਚ ਜੁਲਫਕਾਰ ਭਾਈ ਜੀ ਆਏ ਨੇ,
ਸੋ ਇਸ ਦੁੱਖ ਦੀ ਘੜੀ ਦੇ ਵਿੱਚ ਦੱਸੇ ਜਿਵੇਂ ਤੁਸੀਂ ਸ਼ਰੀਕ ਹੋ ਬਾਈ ਪ੍ਰਿੰਸ ਪ੍ਰਦੀਪ 1990 ਤੋਂ ਬਾਅਦ ਅੱਜ ਪਹਿਲੀ ਵਾਰੀ ਮਿਲਿਆ ਸੁਰਿੰਦਰ ਹੋਰਾਂ ਕਿੰਨੇ ਦਹਾਕੇ ਨਿਕਲੇ ਫਿਰ ਵੀ ਇੱਕ ਦੁੱਖ ਦੀ ਘੜੀ ਜਿਹੜੇ ਤੁਸੀਂ ਆਏ ਹੋ ਉਹਦਾ ਧੰਨਵਾਦ ਨਹੀਂ ਕੀਤਾ ਜਾ ਸਕਦਾ ਔਰ ਉਮੀਦ ਹੈ ਕਿ ਅਸੀਂ ਦੁੱਖ ਮਨਾਉਣ ਦੀ ਇਸ ਕਦਰਤ ਨੂੰ ਇਸੇ ਤਰ੍ਹਾਂ ਅਗਰ ਜਾਰੀ ਰੱਖੀਏ ਅਸੀਂ ਹਰ ਦੁੱਖ ਨੂੰ ਸੁੱਖ ਦੇ ਵਿੱਚ ਬਦਲ ਸਕਦੇ ਹਾਂ ਦੂਸਰਾ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਰਤ ਦਾ ਕਨਸੈਪਟ ਦਿੱਤਾ ਠੀਕ ਹੈ ਗੁਰਬਾਣੀ ਦਾ ਸੰਦੇਸ਼ ਹੈ ਨਾ ਭੂਖਣ ਭਗਤੀ ਕੀ ਜਾਏ ਮਾਲਾ ਆਪਣੀ ਕੀ ਜਾਏ ਪਰ ਸਾਡਾ ਸੱਭਿਆਚਾਰ ਦੇ ਵਿੱਚ ਜਿਹੜਾ ਇੱਕ ਅੰਗ ਸੀ ਕਿਉਂਕਿ ਮੈਂ ਜਰਨਲਿਜ਼ਮ ਦਾ ਵਿਦਿਆਰਥੀ ਹਾਂ ਇਹ ਮੌਕਾ ਹੁੰਦਾ ਜਦੋਂ ਅਸੀਂ ਕੋਈ ਗੱਲਾਂ ਮਨ 'ਚ ਰੱਟ ਲੈਂਦੇ ਹਾਂ ਪਰ ਫਿਰ ਵੀ ਸਾਡਾ ਸੱਭਿਆਚਾਰ ਸੀ ਕਿ ਵੇ ਨਾਲੋਂ ਵਿਗਾੜ ਭਲੇ ਤੁਸੀਂ ਜੇ ਕਿਸੇ ਦੀ ਵਿਗਾੜ ਕਰਦੇ ਹੋ ਪੈਸੇ ਵੇਜ਼ਤ ਭਾਵੇਂ ਨਹੀਂ ਮਿਲਦੇ ਪਰ ਉਸ ਵਿਗਾੜ ਕਰਦੇ ਜਿਹੜਾ ਤੁਸੀਂ ਕਿਸੇ ਦਾ ਕੰਮ ਕਰਦੇ ਹੋ ਕੰਮ ਕਰਦੇ ਹਾਂ ਜਿਹਦਾ ਕੰਮ ਕਰਦੇ ਉਹਨੂੰ ਫਾਇਦਾ ਹੁੰਦਾ ਹੈ ਅਤੇ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ ਨਾਲ ਤੁਹਾਡੀ ਹਰਕਤ ਤੁਹਾਡੇ ਸਰੀਰ ਦੀ ਹਰਾਰਤ ਗਰਮੀ ਐਕਸਰਸਾਈਜ਼ ਹੁੰਦੀ ਹੈ ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਪੰਜ ਦੇ ਆਖਰੀ ਵਰੇ ਕਰਤਾਰਪੁਰ ਸਾਹਿਬ ਜਿਹਦੇ ਨਾਲ ਅਸੀਂ ਸਭ ਤੋਂ ਲੇਟ ਜੁੜੇ ਹਾਂ ਉੱਥੇ 18 ਵਰੇ ਹਾਲ ਪਾਇਆ ਖੇਤੀ ਕੀਤੀ ਕਿਰਤ ਥਕਾਵਟ ਬੰਦੇ ਨੂੰ ਹਰ ਦੁੱਖ ਤੋਂ ਦੂਰ ਲੈ ਜਾਂਦੀ ਹੈ ਕਿਰਤ ਕੰਮ ਬੰਦੇ ਨੂੰ ਹਰ ਕਤਿੱਤ ਤੋਂ ਕਰਤੂਤ ਤੋਂ ਵੀ ਦੂਰ ਲੈ ਜਾਂਦਾ ਹੈ ਕਿਸੇ ਨੂੰ ਨਸ਼ੇ ਦਾ ਪੁੱਠੇ ਕੰਮਾਂ ਦਾ ਭੁੱਸ ਹੋਵੇ ਜਦੋਂ ਉਹ ਪੂਰਾ ਥੱਕਿਆ ਟੁੱਟਿਆ ਹੋਵੇ ਉਹ ਨਹੀਂ ਜਾਏਗਾ ਇਸੇ ਕਰਕੇ ਕੈਦੀਆਂ ਨੂੰ ਵੀ ਬਾ ਮੁਸ਼ੱਕਤ ਸਜ਼ਾ ਦਿੱਤੀ ਜਾਂਦੀ ਹੈ ਮੁਸ਼ੱਕਤ ਵੀ ਆਪਣੇ ਆਪ 'ਚ ਇੱਕ ਮੰਤਰ ਹੈ ਕੋਸ਼ਿਸ਼ ਕਰੀਏ ਕਿ ਜਿੰਨਾ ਵੀ ਹੋ ਸਕੇ ਅਸੀਂ ਗੁਰੂ ਨਾਨਕ ਸਾਹਿਬ ਦੀ ਤਰਜ਼ੇ ਜ਼ਿੰਦਗੀ ਮੁਤਾਬਕ ਆਪਣੀ ਕਿਰਤ ਨਾਲ ਜੁੜੀਏ ਦੁਨੀਆਂ 'ਚ ਬਹੁਤ ਦੁੱਖ ਨੇ ਵੱਧ ਰਹੇ ਨੇ ਜਿਹੜੀਆਂ ਮਾਨਸਿਕ ਮਰਜ਼ਾਂ ਨੇ ਉਹ ਬਹੁਤ ਵੱਧ ਰਹੀਆਂ ਨੇ ਇਹਨਾਂ ਸਾਰਿਆਂ ਦੀ ਇੱਕੋ ਨਜਾਤ ਹੈ ਕਿ ਅਸੀਂ ਐਕਸਰਸਾਈਜ਼ ਵੱਲ ਨੂੰ ਆਈਏ ਕਿਰਤ ਵੱਲ ਨੂੰ ਆਈਏ ਉਹ ਕਿਸੇ ਰੂਪ 'ਚ ਜ਼ਰੂਰੀ ਸੀ ਕਿ ਬੀਬੀ ਹੀ ਕਰਨ ਮੈਂ ਸੁਰਿੰਦਰ ਬਾਈ ਜੀ ਉਹਨਾਂ ਦੇ ਘਰੇ ਜਾਂਦਾ ਸੀ ਉਹਨਾਂ ਨੇ ਸ਼ੱਕਰ ਦੀਆਂ ਵੀ 7-8 ਕਿਸਮਾਂ ਬਣਾ ਕੇ ਰੱਖੀਆਂ ਹੁੰਦੀਆਂ ਮੋਟੀ ਰੋੜੀ ਛੋਟੀ ਰੋੜੀ ਬਰੀਕ ਰੋੜ ਮੁਤਾਬਕ ਅਸੀਂ ਜਿਹੜੀ ਕਿਰਤ ਛੱਡ ਗਈਆਂ ਨਾ ਉਹ ਸਾਡੀਆਂ ਬਹੁਤੀਆਂ ਸਮੱਸਿਆਵਾਂ ਦੀ ਜੜ੍ਹ ਹੈ ਸੋ ਕਿਉਂਕਿ 4 ਮੁੱਖ ਧਰਮ ਸੰਸਾਰ ਦੇ ਹੋਏ ਨੇ ਗੁਰੂ ਨਾਨਕ ਸਾਹਿਬ ਮੱਝਾਂ ਚਾਰੀਆਂ ਇਹਨਾਂ ਨੇ ਕ੍ਰਿਸ਼ਨ ਜੀ ਗਾਈਆਂ ਚਾਰਦੇ ਸੀ ਈਸਾ ਮਸੀਹ ਭੇਡਾਂ ਚਾਰਦੇ ਸੀ ਅਤੇ ਹਜ਼ਰਤ ਮੁਹੰਮਦ ਸਾਹਿਬ ਉੱਠ ਅਤੇ ਗਧੇ ਚਲਾਉਂਦੇ ਸੀ ਅੱਜ ਜੇ ਕਿਸੇ ਨੇ ਮੱਝਾਂ ਰੱਖੀਆਂ ਅਗਲਾ ਕਹਿੰਦਾ ਯਾਰ ਇਹ ਕੰਮ ਕਰ ਦਿਓ ਕਿਸੇ ਸਾਡੇ 'ਚ ਜਿਹੜੀ ਬਹੁਤੀ ਸਰਦਾਰੀ ਆ ਗਈ ਉਹਨੇ ਸਾਨੂੰ ਕਾਸੇ ਜੋਗਾ ਨਹੀਂ ਛੱਡਿਆ ਕਿਰਤ ਭਾਵੇਂ ਤੁਹਾਡੀ ਕੰਪਿਊਟਰ ਦੀ ਹੈ ਭਾਵੇਂ ਕਿਸਾਨੀ ਦੀ ਹੈ ਭਾਵੇਂ ਕਰਿਆਨੇ ਦੀ ਹੈ ਜਿੰਨਾ ਕੁ ਹੋ ਸਕੇ ਕਿਰਤ ਮੁਸ਼ੱਕਤ ਨਾਲ ਜੁੜੀ ਸੋ ਗੁਰੂ ਗ੍ਰੰਥ ਸਾਹਿਬ ਜਿਸ ਤਰ੍ਹਾਂ ਹੱਕ ਪਰਾਇਆ ਨਾਨਕਾ ਉਸ ਦੂਰ ਉਸ ਗਾਏ ਦਾ ਸੰਦੇਸ਼ ਦਿੰਦਾ ਸਾਡੀਆਂ ਬਹੁਤੀਆਂ ਸਮੱਸਿਆਵਾਂ ਸ਼ਾਇਦ ਸੁਲਝ ਸਕਦੀਆਂ ਮਾਲਕ ਸੁਣਦੀ ਕਿ ਸਾਡੇ ਮਾਸਟਰ ਆਪਣੀ ਮਸ਼ਰੂਫੀ 'ਚ ਨੇ ਮਾਪੇ ਆਪਣੀ ਮਸ਼ਰੂਫੀ 'ਚ ਨੇ ਅਤੇ ਸਾਡਾ ਮੀਡੀਆ ਅਸੀਂ ਲੋਕ ਜਿਹਦੇ 'ਚ ਮੈਂ ਵੀ ਸ਼ਾਮਿਲ ਹਾਂ ਅਸੀਂ ਆਪਣੀ ਮਜ਼ਬੂਰੀ ਆਪਣੀ ਮਜ਼ਬੂਰੀ ਦੇ ਵਿੱਚ ਸ਼ਾਮਿਲ ਹਾਂ ਅਸੀਂ ਜਿਸ ਤਰ੍ਹਾਂ ਪੰਜਾਬ ਦੀਆਂ ਸਮੱਸਿਆਵਾਂ ਵੱਧ ਰਹੀਆਂ ਨੇ ਸ਼ਬਦ ਨੂੰ ਸਿੱਖੀ ਨੂੰ ਪੰਜਾਬ ਨੂੰ ਬੁਰੇ ਪਾਸਿਓਂ ਖਤਰਾ ਸਾਨੂੰ ਵਖਰੇਵਿਆਂ ਤੋਂ ਪ੍ਰਿੰਟਲ ਵਿਚਾਰਧਾਰਾਵਾਂ ਤੋਂ ਉੱਪਰ ਉੱਠ ਕੇ ਅੱਜ ਪੰਜਾਬ ਨਾਲ ਕਰਨ ਦੀ ਜ਼ਰੂਰਤ ਹੈ ਜੇ ਪੰਜਾਬ ਹੈ ਤਾਂ ਅਸੀਂ ਪੰਜਾਬ ਹੈ ਤਾਂ ਸਿੱਖੀ ਹੈ ਪੰਜਾਬ ਹੈ ਸਾਡੀ ਇਨਸਾਨੀਅਤ ਹੈ ਸੋ ਜਿਸ ਵੀ ਸ਼ੋਭੇ ਮਰਾਤਵੇ ਦੇ ਵਿੱਚ ਹੋ ਜਿਸ ਵੀ ਕੰਮ ਦੇ ਵਿੱਚ ਹੋ ਸੋ ਉਹ ਸੱਚੇ ਸੁੱਚੇ ਫਲਸਫੇ ਦੇ ਨਾਲ ਧਰਮ ਨਾਲ ਜੁੜੋ ਬੰਦੇ ਨਾਲ ਨਾ ਜੁੜੋ ਕਿਉਂਕਿ ਇਹ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਡਾ ਪਹਿਲਾ ਵਿਲੱਖਣ ਕਿੱਤਾ ਹੈ ਜਿਸ ਦੇ ਵਿੱਚ ਸ਼ਬਦ ਨੂੰ ਬੰਦੇ ਦਾ ਗੁਰੂ ਸਾਜਿਆ ਗਿਆ ਕਿਉਂਕਿ ਬੰਦੇ ਤੋਂ ਬੜੀਆਂ ਗਲਤੀਆਂ ਹੁੰਦੀਆਂ ਨੇ ਠੀਕ ਹੈ ਬੰਦਿਆਂ 'ਚ ਰੱਬ ਵਸਦਾ ਪਰ ਬੰਦੇ ਦੇ ਆਪਣੇ ਮਵਾਦ ਹੁੰਦੇ ਹਨ ਅਸੀਂ ਲੀਡਰ ਚੁਣ ਲੈਂਦੇ ਹਾਂ ਬਾਬਾ ਬਣਾ ਲੈਂਦੇ ਹਾਂ ਅਤੇ ਬਾਬਾ ਆਪਣੀ ਵਹਿਵਤ ਦੇ ਵਿੱਚ ਬਹੁਤ ਕੁਛ ਵਿਗਾੜ ਦਿੰਦਾ ਸੋ ਜਿਹੜਾ ਗਿਆਨ ਹੈ ਐਜੂਕੇਸ਼ਨ ਹੈ ਸਿੱਖਿਆ ਸ਼ਬਦ ਨੂੰ ਅਸੀਂ ਸਹੀ ਮੰਨਿਆ ਗੁਰੂ ਮੰਨੀ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਆਇਓ ਮੈਂ ਇਹ ਪੁਰ ਉਮੀਦ ਹੈ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਤੁਹਾਡੇ ਜਜ਼ਬਾਤ ਇਸੇ ਤਰ੍ਹਾਂ ਇਸ ਪਰਿਵਾਰ ਨਾਲ ਜੁੜੇ ਰਹਿਣਗੇ ਸਾਡੇ ਛੋਟੇ ਭਤੀਜ ਜਿਨ੍ਹਾਂ ਨੂੰ ਯਾਦ ਕਰਕੇ ਮਨ ਭਰ ਜਾਂਦਾ ਪਰ ਇਹ ਜ਼ਿੰਦਗੀ ਹੈ ਇਹ ਸੰਭਾਲਦੀ ਹੈ ਸਾਨੂੰ ਇਸ 'ਚੋਂ ਨਿਕਲਣਾ ਹੋਏਗਾ ਮੋਇਆਂ ਨੂੰ ਮੋੜਿਆ ਨਹੀਂ ਜਾ ਸਕਦਾ ਪਰ ਮੋਇਆਂ ਨੂੰ ਕਿਸੇ ਨਾ ਕਿਸੇ ਰੂਪ 'ਚ ਯਾਦ ਕਰਕੇ ਕਿ ਜੇ ਮੈਂ ਆਹ ਗਲਤ ਕੰਮ ਕੀਤਾ ਤਾਂ ਮੇਰੇ ਮਾਂ ਅਤੇ ਪਿਓ ਦਾ ਨਾਮ ਬਦਨਾਮ ਹੋਣਾ ਇਹ ਜ਼ਿੰਮੇਵਾਰੀ ਇਹ ਸ਼ਰਧਾ ਸ਼ਾਇਦ ਆਪਣੇ ਮਾਪਿਆਂ ਨੂੰ ਸੱਚੀ ਸ਼ਰਧਾ ਹੋਏ
ਸੋ ਇਸ ਦੁੱਖ ਦੀ ਘੜੀ ਦੇ ਵਿੱਚ ਜਿਸ ਤਰ੍ਹਾਂ ਬੜਾ ਦੁੱਖ ਚੱਲਿਆ, ਮੈਨੂੰ ਯਾਦ ਹੈ ਮੈਂ ਸੁਰਿੰਦਰ ਬਾਈ ਜੀ ਨੂੰ ਯੂਨੀਵਰਸਿਟੀ ਤੋਂ ਬਾਅਦ ਬਹੁਤ ਸਾਲਾਂ ਬਾਅਦ ਮਿਲਿਆ। ਮੈਂ ਵੇਖ ਕੇ ਹੈਰਾਨ ਵੀ ਸੁਰਿੰਦਰ ਤੂੰ ਜਿਉਂਦਾ ਨਹੀਂ ਆਉਂਦਾ, ਇਸ ਤਰ੍ਹਾਂ ਦੇ ਹਾਲਾਤ ਵੀ ਚੱਲੇ, ਕਿਸੇ ਦਾ ਕੋਈ ਨਹੀਂ ਸੀ ਪਤਾ, ਇਸ ਤਰ੍ਹਾਂ ਦੇ ਕਾਲੇ ਦੌਰ ਪੰਜਾਬ ਦੇ ਵਿੱਚ ਦਰਪੇਸ਼ ਨੇ। ਸੋ ਆਪਣੇ ਨਿੱਜੀ ਵਪਾਰ ਤੋਂ ਮਨੋਰਥਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਬਾਤ ਪਾਈਏ, ਸ਼ਬਦ ਦੀ ਸਾਂਝ ਨੂੰ ਬਣਾਈ ਰੱਖੀਏ, ਦੁੱਖ ਅਤੇ ਸੁੱਖ ਦੀਆਂ ਘੜੀਆਂ ਦੇ ਵਿੱਚ ਸ਼ਰੀਕ ਹੋਈਏ। ਮਾਇਆ ਦਾ ਕੀ ਹੈ, ਬਰਾਤਰਿਆਂ ਦਾ ਕੀ ਹੈ, ਇਹ ਆਉਣੇ ਜਾਣੇ ਪਾਪਾਂ ਬਾਝ ਨਾ ਇਕੱਠੀ ਹੁੰਦੀ, ਮੋਇਆਂ ਦੇ ਸਾਥ ਨਹੀਂ ਜਾਂਦੀ ਹੈ। ਸੋ ਇਸ ਕਰਕੇ ਪਰ ਫਿਰ ਵੀ ਵੱਡਿਆਂ ਦਾ, ਜਿਸ ਤਰ੍ਹਾਂ ਬਜ਼ੁਰਗਾਂ ਦਾ ਸਾਇਆ ਵੱਡੀ ਚੀਜ਼ ਹੈ, ਰੁੱਖਾਂ ਦੀ ਛਾਇਆ ਵੱਡੀ ਚੀਜ਼ ਹੈ, ਤਜਾਰਤ ਵਿੱਚ ਮਾਇਆ ਵੀ ਵੱਡੀ ਚੀਜ਼ ਹੈ ਮੰਨਿਆ, ਪਰ ਫਿਰ ਵੀ ਇਸ ਉਮਰ ਇਸ ਪਰਿਵਾਰ ਤੋਂ ਸਾਡੀ ਭੈਣ ਰਾਣੀ ਦਾ ਜਾਣਾ ਬਹੁਤ ਵੱਡਾ ਵਿਛੋੜਾ ਹੈ। ਫਿਰ ਵੀ ਮੈਂ ਉਮੀਦ ਹੈ ਜਿਵੇਂ ਭੈਣ ਰਾਣੀ ਦੇ ਪਤੇਤੇ ਢਿਰ ਬਣ ਕੇ ਖੜ੍ਹਦੇ ਨੇ ਅੰਮ੍ਰਿਤਸਰ ਵਾਲੇ ਜਾਂ ਸੁਨੌਰ ਵਾਲੇ ਭਾਅ ਜੀ ਹੋਣੀ, ਸਾਰੇ ਰਿਸ਼ਤੇਦਾਰ ਪਿੰਡ ਵਾਲੇ, ਮੈਨੂੰ ਉਮੀਦ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚੋਂ ਵੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰੇ ਦੇ ਨਾਲ ਉਸ ਪਰਵਤਗਾਰ ਦੀ ਕਿਰਪਾ ਦੇ ਨਾਲ ਨਿਕਲਾਂਗੇ, ਅਤੇ ਤੁਹਾਡਾ ਵੀ ਜਿਹੜਾ ਸਹਿਯੋਗ ਹੈ ਇਸ ਤਰ੍ਹਾਂ ਬਣਿਆ ਰਹੇ, ਗਾਏ ਵਗਾਏ ਜਦੋਂ ਵੀ ਸਮਾਂ ਮਿਲਦਾ। ਪਤਾ ਨਹੀਂ ਸੁਰਿੰਦਰ ਜੀ ਹੋਰਾਂ ਨੇ ਕਿੰਨੇ ਲੋਕਾਂ ਲਈ ਕੀ ਕੁਛ ਕੀਤਾ, ਆਪਣਾ ਭਾਵੇਂ ਉਹ ਕੁਛ ਬਹੁਤਾ ਨਹੀਂ ਕਰ ਸਕਦਾ, ਪਰ ਇਸ ਗੱਲ ਦੀ ਗਵਾਹੀ ਤੁਸੀਂ ਸਾਰੇ ਕਰਦੇ ਹੋ। ਉਮੀਦ ਹੈ ਇਸ ਤਰ੍ਹਾਂ ਦਾ ਰਾਬਤਾ ਬਣਿਆ ਰਹੇ। ਇੱਕ ਮੈਂ ਜ਼ਿੰਦਗੀ ਦਾ ਤਜਰਬਾ ਹੋਰ ਸਾਂਝਾ ਕਰਾਂਗਾ। ਸਾਡੇ ਨਾਲ ਬੈਠੇ ਨੇ ਬਾਈ ਸੁਰਮਖ ਸਿੰਘ, ਜਿਨ੍ਹਾਂ ਨਾਲ ਸਾਡਾ ਇੱਕ ਸਿਰਫ ਰੇਡੀਓ ਦਾ ਵਾਸਤਾ ਸੀ, ਉਹਨਾਂ ਦਾ ਗੱਭਰੂ ਪੁੱਤ ਇਸ ਸੰਸਾਰ ਤੋਂ ਗਿਆ। ਇਸ ਲਈ ਤੇਰੀ ਮੈਂ ਅਤੇ ਸੁਰਿੰਦਰ ਜੀ ਬੈਠੇ ਗੱਲਾਂ ਕਰ ਰਹੇ ਸੀ, ਕਹਿੰਦੇ ਚਲੋ ਮੈਂ ਹਾਂ, ਮੇਰੇ ਨਾਲ ਦੋ ਬੇਟੇ ਨੇ, ਵਾਈਫ ਚਲੀ ਗਈ, ਦੁੱਖ ਹੈਗਾ। ਪਰ ਕਹਿੰਦੇ ਸੁਰਮਖ ਸਿੰਘ ਕੋਲੇ ਮਾਲ ਰੱਖੀ ਗਏ, ਜਿਹਦਾ ਕੁਲੌਤਾ 26-28 ਵਰਿਆਂ ਦਾ ਪੁੱਤਰ ਦੁਨੀਆਂ ਤੋਂ ਚਲਿਆ, ਉਹ ਵੀ ਸਭ ਕੁਛ ਛੱਡ ਗਏ ਸੀ, ਬੜੀ ਵਧੀਆ ਗਹਿਣੇ ਖੇਤੀ ਕਰਦੇ ਆ। ਪਰ ਅਸੀਂ ਉਹਨਾਂ ਨੂੰ ਆਖਿਆ ਵੀ ਕੰਮ ਨਾ ਛੱਡੋ, ਫਿਰ ਉਹਨਾਂ ਨੇ ਖੇਤੀ ਭਾਵੇਂ ਛੱਡ ਦਿੱਤੀ, ਆਪਣੀ ਘਲਾੜੀ ਮੁੜ ਤੋਂ ਸ਼ੁਰੂ ਕੀਤੀ। ਪਿਛਲੇ ਦਿਨ ਮੈਂ ਜਾ ਕੇ ਆਇਆ, ਉਹ ਕਹਿੰਦੇ ਕਿਰਤ 'ਚ ਮਨ ਲੱਗਦਾ, ਗਾਵਾਂ ਬੱਚੀਆਂ ਰੱਖੀਆਂ ਨੇ ਮਨ ਲੱਗਦਾ। ਸੋ ਮਨ ਲਾਉਣ ਦੇ ਵਾਸਤੇ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ। ਬਾਬਾ ਬੁੱਲੇ ਸ਼ਾਹ ਅਤੇ ਉਹਦੇ ਗੁਰੂ ਸ਼ਾਹ ਨਾਇਕ ਦਾ ਇੱਕ ਪ੍ਰਸੰਗ ਹੈ ਰੱਬ ਨੂੰ ਪਾਉਣ ਦਾ। ਸ਼ਾਹ ਨਾਇਕ ਉਸ ਵਕਤ ਗੰਢਿਆਂ ਦੀ ਪਨੀਰੀ ਬੀਜ ਰਹੇ ਸੀ, ਉਹ ਕਹਿੰਦੇ ਜੀ ਰੱਬ ਕਿੱਦਾਂ ਮਿਲਣਾ। ਉਹ ਇੱਧਰ ਇੱਧਰੋਂ ਪਨੀਰੀ ਪੱਟੀ ਅਤੇ ਇੱਧਰ ਲਾਈ, ਕਹਿੰਦਾ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰੋਂ ਲਾਉਣਾ। ਅਸੀਂ ਜੇ ਕਿਰਤ ਨਾਲ ਜੁੜਾਂਗੇ, ਉਹ ਭਾਵੇਂ ਘਰੇ ਪੁਦੀਨਾ ਕੁੱਟਣਾ ਜਾਂ ਪੁਦੀਨਾ ਵੇਚਣਾ ਜਾਂ ਗੰਢੇ ਲਾਉਣੇ ਜਾਂ ਸਵੈਟਰ ਪਾਉਣਾ, ਕਿਰਤ ਨਾਲ ਜੁੜਾਂਗੇ ਤਾਂ ਅਸੀਂ ਸਿਖਾਲੇ ਰਹਾਂਗੇ, ਇਹ ਮੇਰਾ ਤਜਰਬਾ ਹੈ। ਸੋ ਉਮੀਦ ਹੈ ਕਿ ਗੁਰੂ ਨਾਨਕ ਸਾਹਿਬ ਦੇ ਉਸ ਫਲਸਫੇ ਦੇ ਮੁਤਾਬਕ, ਜਿਨ੍ਹਾਂ ਨੇ 18 ਵਾਰੀ ਖੁਦ ਕਰਤਾਰਪੁਰ ਦੀ ਮੁਕੱਦਸ ਧਰਤੀ ਦੇ ਨਾਲ ਵਾਵਸਥਾ ਰਹੇ ਨੇ, ਉਹਨਾਂ ਦੀਆਂ ਕਰਾਮਾਤਾਂ ਨਾਲ ਜੁੜੇ ਸਥਾਨਾਂ ਨਾਲ ਅਸੀਂ ਬਹੁਤ ਪਹਿਲਾਂ ਜੁੜ ਗਏ। ਚਲੋ ਖੁਸ਼ਕਿਸਮਤੀ ਆ, ਦੇਰ ਆ ਵਿਵਸਥਾ ਹੈ ਕਿ ਅਸੀਂ ਉਸ ਮੁਕੱਦਸ ਕਰਤਾਰਪੁਰ ਦੀ ਉਸ ਧਰਤੀ ਨਾਲ ਜੁੜੇ ਹਾਂ। ਉਮੀਦ ਹੈ ਕਿ ਉਸ ਫਲਸਫੇ ਦੀ ਰੋਸ਼ਨੀ ਲੈ ਕੇ ਅਸੀਂ ਆਪਣਾ ਅੱਗਾ ਜ਼ਰੂਰ ਰਸ਼ਨਾ ਸਕਾਂਗੇ। ਸੋ ਅੱਜ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਬਹੁਤ ਦੂਰੋਂ ਨੇੜਿਆਂ ਦਰਜਾ ਦਰਜਾ ਛੱਡ ਕੇ ਆਇਓ, ਸਭ ਵੀਰਾਂ ਦਾ ਧੰਨਵਾਦ। ਉਮੀਦ ਹੈ ਕਿ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਅਤੇ ਤੁਹਾਡੀ ਗਲਤੀ ਨਾ ਜਾਏ ਜਾਣ ਕੀ ਅਰਦਾਸ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਉਹ ਆਸਰਾ, ਉਸ ਅਗੰਮੀ ਸ਼ਕਤੀ ਜਿਹੜੀ ਆਖਰ ਨੂੰ ਸਾਡੇ ਧਰਵਾਸ ਮੰਨਦੀ ਹੈ। ਧਰਮ ਨੂੰ ਲੈ ਕੇ ਬਹੁਤ ਮੈਂ ਵਾਸੇ ਨਹੀਂ, ਧਰਮ ਮਾੜਾ ਨਹੀਂ, ਉਹਦੀ ਵਿਆਖਿਆ ਗਲਤ ਕਰਨੀ ਮਾੜੀ ਹੈ। ਸੋ ਧਰਮ ਆਖਰ ਨੂੰ ਧਰਵਾਸ ਬਣਦਾ। ਸੋ ਇਸ ਉਮੀਦ ਦੇ ਨਾਲ ਮੈਂ ਪਰਮਿੰਦਰ ਸਿੰਘ ਆਪ ਸਭ ਨੂੰ ਇਹੀ ਗੁਜ਼ਾਰਿਸ਼ ਹੱਕ ਮੰਨ ਕੇ ਕਰਦਾ ਕਿ ਜਿਸ ਤਰ੍ਹਾਂ ਇਹ ਰਾਬਤਾ ਤੁਸੀਂ ਹੁਣ ਤੱਕ ਬਣਾਈ ਰੱਖਿਆ, ਇਸੇ ਤਰ੍ਹਾਂ ਰੱਖੋ, ਅਸੀਂ ਵੀ ਜਿੰਨਾ ਹੋ ਸਕੇ ਤੁਹਾਡੇ ਨਾਲ ਇੱਦਾਂ ਹੀ ਨਿਭਾਵਾਂਗੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਖ ਚੋਕਰਾਂ ਚਾਹ ਅਤੇ ਪ੍ਰਸ਼ਾਦ ਦਾ ਲੰਗਰ ਜ਼ਰੂਰ ਛੱਕ ਕੇ ਜਾਣਾ। ਧੰਨਵਾਦ, ਸਤਿ ਸ਼੍ਰੀ ਅਕਾਲ।